सुरिंदर कंबोज की औलाद है ना ते नाल आई फिर तेन कंध आले टकरनगे। चोर MLA जिन्हें कोई भी ठगी नहीं छटी अज कंध वाले की मिनती करा रहे पंचायती जगह की। अज जनानिया आले काम ना करे जिथे खड़ना मेरे नाल सीधा वंगार के आवे। तेरे च ना दम नहीं पर मैं जबान करदा जिन्ने गरीबां दा घर ढहूगा उन्हां सारयां नूं मैं आदी जमीन दे विचों हिस्सा दूंगा। तेरे नाल उहदा इक वैर सी MLA दा मेरे नाल उहदा वैर सी ते मर्द बन के मैनूं टकरे। डाकू MLA जिंदाबाद। ये MLA जवाब देवे कि तू कल लैके आएगा JCB कि कल तू बलडोजर लैके आएगा आ साडियां लाशां दे उत्तों दी बलडोजर टप्पणगे। ਗੋਡੀ ਕਮਾਨ ਜ਼ਿੰਦਾਬਾਦ। ਆਮ ਆਦਮੀ ਪਾਰਟੀ ਜ਼ਿੰਦਾਬਾਦ। ਚੋਰ MLA ਜਿਨੇ ਕੋਈ ਵੀ ਠੱਗੀ ਨਹੀਂ ਛੱਡੀ ਅੱਜ ਕੰਧ ਵਾਲੇ ਦੀ ਮਿੰਤੀ ਕਰਾ ਰਿਹਾ ਪੰਚਾਇਤੀ ਜਗ੍ਹਾ ਦੀ। ਸਾਰੇ ਪੰਜਾਬ ਭਰ ਚ ਜਿੰਨੇ ਵੀ ਮੇਰੀ ਵੀਡੀਓ ਦੇਖ ਰਹੇ ਹਨ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪਿੰਡ ਹਨ ਸਾਰੇ ਹੀ ਆਪਾਂ ਤਕਰੀਬਨ ਸ਼ਾਮ ਲਾਟਾਂ ਚ ਬੈਠੇ ਹੁੰਦੇ ਕਿਉਂਕਿ ਰਜਿਸਟਰੀ ਨਹੀਂ ਹੁੰਦੀ ਕਿਉਂਕਿ 1947 ਚ ਆਪਾਂ ਉਜੜ ਕੇ ਆਏ ਸਾਰੇ ਆਏ ਰਜਿਸਟਰੀ ਕਿਸੇ ਨੇ ਨਹੀਂ ਕਰਾਈ। ਚਲੋ ਮੇਰੇ ਨਾਲ ਉਹਦਾ ਇੱਕ ਵੈਰ ਸੀ MLA ਦਾ ਮੇਰੇ ਨਾਲ ਦਾ ਵੈਰ ਸੀ ਤੇ ਮਰਦ ਬਣ ਕੇ ਮੈਨੂੰ ਟੱਕਰੇ। ਅੱਜ ਜਨਾਨੀਆਂ ਵਾਲੇ ਕੰਮ ਨਾ ਕਰੇ ਜਿੱਥੇ ਖੜਨਾ ਮੇਰੇ ਨਾਲ ਸਿੱਧਾ ਵੰਗਾਰ ਕੇ ਆਵੇ। ਪਰ ਅੱਜ ਆ ਸਾਰਾ ਪਿੰਡ ਇਕੱਠਾ ਸਾਰੇ ਗਰੀਬ ਇਕੱਠੇ ਆ ਪਿੰਡ ਦਾ ਦੂਜਾ ਹਿੱਸਾ ਤਕਰੀਬਨ ਇੱਕ ਬਹੁਤ ਵੱਡਾ ਹਿੱਸਾ ਜਿਹਦੇ ਚ 200-250 ਘਰ ਆਉਂਦਾ ਇਸ MLA ਨੇ ਉਸ 250 ਘਰ ਦੀ ਅੱਜ ਮਿੰਤੀ ਕਰਾਈ ਹੈ। ਇਹ MLA ਜਵਾਬ ਦੇਵੇ ਕਿ ਤੂੰ ਕੱਲ ਲੈ ਕੇ ਆਏਗਾ JCB ਕਿ ਕੱਲ ਤੂੰ ਬਲਡੋਜਰ ਲੈ ਕੇ ਆਏਗਾ ਆ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਬਲਡੋਜਰ ਟੱਪਣਗੇ। ਤੇ ਅੱਜ ਤੋਂ ਬਾਅਦ MLA ਸਾਹਿਬ ਕੰਧ ਵਾਲੇ ਆਉਣ ਤੋਂ ਪਹਿਲਾਂ 10 ਵਾਰੀ ਸੋਚਿਓ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਇੱਥੇ 1200 ਵੋਟ ਪਾਈ ਸੀ ਕਿ ਆ 1200 ਵੋਟ ਦਾ ਸਿਲਾ ਦਿੰਦੇ ਪਏ ਜੇ ਤੁਹਾਡੇ ਕਰਿੰਦਿਆਂ ਦਾ ਸਾਡੇ ਨਾਲ ਕੋਈ ਵੈਰ ਹੈ ਜਿਹੜੇ ਤੁਹਾਡੇ ਅੱਜ ਕੱਲ੍ਹ ਟੱਟੂ ਬਣੇ ਫਿਰਦੇ ਆ ਉਹ ਜੇ ਉਹਨਾਂ ਦਾ ਸਾਡੇ ਨਾਲ ਵੈਰ ਹੈ ਤੇ ਮਰਦਾਂ ਤਰ੍ਹਾਂ ਹਿੱਕ ਚ ਵੱਜਣ ਆ ਨਲਾਇਕਾਂ ਵਾਲੇ ਕੰਮ ਨਾ ਕਰਨ ਆ ਗਰੀਬਾਂ ਨਾਲ ਧੱਕਾ ਨਾ ਕਰਨ। ਇਹ ਮੇਰੇ ਵਰਗਾ ਤਾਂ ਕੋਈ ਨੀ ਮੇਰੇ ਕੋਲ ਤਾਂ 100 ਕਿੱਲਾ ਜ਼ਮੀਨ ਹੈ ਮੈਂ ਤਾਂ ਆਸੇ ਪਾਸੇ ਵੀ ਪਾਲੂ ਨਾ ਹੀ ਮੇਰੇ ਘਰ ਦਾ ਕੋਈ ਬਹੁਤਾ ਵੱਡਾ ਹਿੱਸਾ ਉਹਦੇ ਵਿੱਚ ਆਇਆ। ਇਹ ਗਰੀਬ ਕੀ ਕਰਨਗੇ ਬਾਬਾ ਬੁੱਲੇ ਸ਼ਾਹ ਦੀ ਜਗ੍ਹਾ ਤੱਕ ਮਜ਼ਾਰ ਕਿੰਨਾ ਵੱਡਾ ਏਰੀਆ ਜਿਹਦੇ ਤਕਰੀਬਨ 200-250 ਘਰ ਬਣਦਾ। ਇੱਥੋਂ ਪਤਾ ਲੱਗਦਾ ਹੈ ਇਹਨਾਂ ਦੀ ਮਨਸ਼ਾ ਦਾ ਇਹਨਾਂ ਦੀ ਸੋਚ ਦਾ ਤੇ ਆ ਮੁਲਾਜ਼ਮ ਆਏ ਆ ਅਸੀਂ ਪੂਰਾ ਕੋਆਪਰੇਟ ਕੀਤਾ ਪੂਰੀ ਮਿਹਨਤੀ ਸਕਸੈਸਫੁਲ ਹੋ ਗਈ ਹੈ ਤੇ ਜਿੱਦਣ JCBਆਂ ਲੈ ਕੇ ਆਉਣੀਆਂ MLA ਸਾਹਿਬ ਨਾਲ ਆਈ ਜੇ ਸੁਰਿੰਦਰ ਕੰਬੋਜ ਦੀ ਔਲਾਦ ਆ ਨਾ ਤੇ ਨਾਲ ਆਈ ਫਿਰ ਤੈਨੂੰ ਕੰਧ ਵਾਲੇ ਵਾਲੇ ਟੱਕਰਨਗੇ ਵੀ ਤੂੰ ਕੀ ਅੱਜ ਕਰੀ ਜਾਂਦਾ ਗਰੀਬਾਂ ਨਾਲ ਧੱਕਾ। ਜੇ ਕੋਈ ਵੀ ਗੱਲ ਹੋਊਗੀ ਸਭ ਤੋਂ ਪਹਿਲਾਂ ਮੈਂ ਦੇਖਣਗਾ ਤੇ ਕਿਹੜੀ ਵਾਅਦਾ ਤੂੰ ਢਵਾ ਵੀ ਦੇ ਤੇਰੇ ਚ ਇੰਨਾ ਜੇਰਾ ਨੀ ਤੇਰੇ ਚ ਇੰਨਾ ਦਮ ਨੀ ਪਰ ਮੈਂ ਜਬਾਨ ਕਰਦਾ ਜਿੰਨੇ ਗਰੀਬਾਂ ਦਾ ਘਰ ਢਹੂਗਾ ਉਹਨਾਂ ਸਾਰਿਆਂ ਨੂੰ ਮੈਂ ਆਦੀ ਜ਼ਮੀਨ ਦੇ ਵਿੱਚੋਂ ਹਿੱਸਾ ਦਊਂਗਾ ਆਦੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਰਹਿਣ ਲਈ ਜਗ੍ਹਾ ਦਊਂਗਾ ਜਿੱਥੇ ਕਹੋਗੇ ਉੱਥੇ ਜਗ੍ਹਾ ਦਊਂਗਾ। ਪਰ ਅੱਜ ਖੜੋ ਇਕਮੁੱਠ ਹੋ ਕੇ ਇਹਨਾਂ ਖਿਲਾਫ ਜ਼ੁਲਮ ਦੇ ਖਿਲਾਫ ਲੜਾਈ ਲੜੀਏ। ਆਮ ਆਦਮੀ ਪਾਰਟੀ ਜ਼ਿੰਦਾਬਾਦ। ਪੰਜਾਬ ਸਰਕਾਰ ਜ਼ਿੰਦਾਬਾਦ। ਡਾਕੂ MLA ਜ਼ਿੰਦਾਬਾਦ। ਰਾਣਾ ਜੀ ਹੁਣ ਤੁਸੀਂ ਦੇਖੋ ਅੱਜ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੇ ਵਿੱਚ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨਾਲ ਨਿੱਜੀ ਰੰਜਿਸ਼ ਨੂੰ ਕੱਢਣ ਦੇ ਲਈ ਅੱਜ ਅੱਧਿਓਂ ਜ਼ਿਆਦਾ ਪਿੰਡ ਨੂੰ ਘੇਰੇ ਦੇ ਵਿੱਚ ਲਿਆਂਦਾ ਗਿਆ। ਸੋ ਮੈਂ ਇਹ ਬੇਨਤੀ ਕਰਦਾ ਕਿ ਜੇਕਰ ਇਹਨਾਂ ਵਿੱਚ ਅਸਲੀ ਤਾਕਤ ਹੈ ਗਰੀਬਾਂ ਨੇ ਇਹਨਾਂ ਨੂੰ MLA ਬਣਾਇਆ ਗਰੀਬਾਂ ਨੇ ਇਹਨਾਂ ਦੀ ਸਰਕਾਰ ਬਣਾਈ ਔਰ ਮੈਂ ਸਮਝਦਾ ਕਿ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਡੇ ਤੋਂ ਵੱਡੇ ਲੀਡਰ ਹੋਣ ਦੇ ਬਾਵਜੂਦ 1200 ਵੋਟ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਪਈ ਪਰ ਅੱਜ ਉਸ ਦਾ ਖਮਿਆਜ਼ਾ ਇਹ ਭੁਗਤ ਰਹੇ ਨੇ। ਇੱਕ ਚੀਜ਼ ਹੋਰ, 1 ਸਾਲ ਪੂਰਾ MLA ਬਣਿਆ ਨੂੰ ਹੋ ਗਿਆ, ਇਹ ਸੌ ਖਾ ਕੇ ਕਹਿ ਦੇਣ ਕਿ ਕਿਸੇ ਦਾ ਵੀ ਇੱਥੇ ਧੰਨਵਾਦ ਕਰਨ ਵਾਸਤੇ ਵੀ ਆਏ ਆ, ਸਾਡਾ ਕਿਸੇ ਨਾਲ ਕੋਈ ਨਿੱਜੀ ਨਹੀਂ। ਮੈਂ ਕਹਿੰਦਾ ਦੇਖੋ ਬੇਸ਼ੱਕ ਰੂਬੀ ਨਾਲ ਖੜਾ ਯੂਥ ਕਾਂਗਰਸ ਦਾ ਜ਼ਿਲ੍ਹੇ ਦਾ ਪ੍ਰਧਾਨ ਹੈ, ਇਹਦੇ ਨਾਲ ਕੋਈ ਨਿੱਜੀ ਰੰਜਿਸ਼ ਹੈ? ਕੱਲਾ ਤੁਰਿਆ ਫਿਰਦਾ ਇਹਦੇ ਨਾਲ ਕੱਢ ਲੈਣ ਸਿੱਧਾ, ਜੇ ਇਹਦੇ ਜਦਾਮ ਹੋਇਆ ਮੋੜ ਲੂਗਾ। ਦੂਜਾ ਸਾਰਾ ਪਿੰਡ ਕਿਉਂ ਇਸ ਚੀਜ਼ ਦਾ ਖਮਿਆਜ਼ਾ ਭੁਗਤੇ? ਸੋ ਅਸੀਂ ਬੇਸ਼ੱਕ ਪਾਰਟੀਬਾਜ਼ੀ ਦੇ ਡਿਫਰੈਂਸ ਆ, ਅਸੀਂ ਇਹ ਗੱਲ ਕਹਿੰਦੇ ਆ ਕਿ ਚਾਹੇ ਕੋਈ ਅਕਾਲੀ ਹੈ ਚਾਹੇ ਕੋਈ ਕਾਂਗਰਸੀ ਹੈ, ਇੱਥੇ ਆਮ ਆਦਮੀ ਪਾਰਟੀ ਦੇ ਵੀ ਲੋਕ ਅੱਜ ਸਾਡੇ ਨਾਲ ਖੜੇ ਆ ਜਿਨ੍ਹਾਂ ਨੇ ਅੱਗੇ ਲੱਗ ਕੇ ਇਸ ਸਰਕਾਰ ਨੂੰ ਬਣਾਇਆ। ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਜੇ ਕਿਸੇ ਦੇ ਵਿੱਚ ਦਮ ਹੈ ਤਾਂ ਮੈਂ ਕਹਿੰਦਾ ਕਿ ਪਿੰਡ ਕੰਧ ਵਾਲੇ ਦੀ ਜੂਹ ਦੇ ਵਿੱਚ JCB ਲੈ ਕੇ ਆਉਣ, ਉਸ ਨੂੰ ਟੋਟਿਆਂ ਦੇ ਵਿੱਚ ਵਾਪਸ। ਗੋਡੀ ਕਮਾਨ ਜ਼ਿੰਦਾਬਾਦ। ਆਮ ਆਦਮੀ ਪਾਰਟੀ ਜ਼ਿੰਦਾਬਾਦ। ਹੁਣ ਟਾਵਰ ਦੇ ਇਸ਼ੂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਦੇਖੋ ਜੀ, ਅੱਜ ਬੜੀ ਮੰਦਭਾਗੀ ਇਹ ਘਟਨਾ, ਪ੍ਰਸ਼ਾਸਨ ਦੇ ਵੱਲੋਂ ਜਿਹੜਾ ਐਕਸ਼ਨ ਲਿਆ ਗਿਆ, ਲਗਭਗ ਪਿੰਡ ਦੇ ਵਿੱਚ 50 ਕਿੱਲਿਆਂ ਦੇ ਕਰੀਬ ਜਿਹੜੀ ਜ਼ਮੀਨ ਆ ਉਹ ਸ਼ਾਮਲਾਟ ਆ, ਜਿਹਦੇ ਚ ਸਾਰੇ ਗਰੀਬ ਤੇ ਅਮੀਰ ਸਾਰੇ ਵਸੇ ਹੋਏ ਨੇ
बुले शाह जगह है, गुरु घर है साडा, मसीबत ने बहुत कुछ आ साडा, एक भाईचारक सांझा, ना तो असि घर ढाने ने ना असि टाइम देने ने, चाहे इथे कोई भी आ जाए, असि घर नहीं टाइम देने। सरकार आम आदमी की आ, पर यह साडा पिंड आ, ये साडे भरा ने, इन्होंने सानू वोटा पाईया ने, असी तो लिया ने, असि इथे रहना, ना किसी का घर ढहना, ना असि टाइम देना, असि अगे खलोते हैं। बिल्कुल एह जा बेफिक्र हो जाओ भी किसी का घर ढवेगा, किसी का नहीं असि टाइम देना। दूजी साडी एक बेनती होर आ वीडियो साहब नू, जेकर मिनती करनी सी तां सारी शामलट जगह की करदा, एक टोटे दी नहीं सी करनी। जिस भी एक कैर बंदे ने यह काम किया, चाहे साडे पिंड चो आ चाहे बाहरों आ, उहदा सानू नाम दसो, असीं उहनूं पुछ के भी उहने करतूत कीती ते क्यों कीती आ। इह साडे पिंड दे वसनीक ने, कोई साडा चाचा, कोई ताया, कोई साडा भरा, असीं किसी का कोई घर नहीं टाइम देना, चाहे उह गरीब आ चाहे अमीर आ। इह बिल्कुल गलत गल आ, ये सारे इथे ही वसणगे ते इथे ही असीं रखांगे, चाहे इथे कोई आ जाए, पीला पंजा आवे, खट्टा पंजा आवे, हरा पंजा आवे, असीं किसी का कोई किट भी नहीं टाइम देनी। वाह जी, बोले सो निहाल।